ਮੈਂ ਪਿਛਲੇ 4-5 ਸਾਲ ਪਹਿਲਾਂ ਕਿਹਾ ਨਾ ਵੀ ਸੂਰਜ ਪ੍ਰਕਾਸ਼ ਦੇ ਵਿੱਚ ਉਹ ਮੂਸੇ ਵਾਲੇ ਨੇ ਗੀਤ ਗਾਇਆ ਸੀ ਵੀ ਇਹਦੇ ਇਹਨੇ ਤੇ ਇੱਕ ਗੱਲ ਕਹੀ ਤੇ ਮਾਫੀ ਮੰਗ ਲਈ ਸੂਰਜ ਪ੍ਰਕਾਸ਼ ਵਿੱਚ ਇੰਨਾ ਕੁਛ ਲਿਖਿਆ ਗੁਰੂ ਸਾਹਿਬ ਦੇ ਬਾਰੇ ਕਿਧਰੇ ਸ਼ਰਾਬਾਂ ਪੀਣੀਆਂ ਕਿਧਰੇ ਭੰਗ ਪੀਣੀ ਕਿਤੇ ਅੱਠ-ਅੱਠ ਵਿਆਹ ਉਸ ਗੱਲ ਨਾਲ ਪਿਆਰ ਕਰਨ ਕਰਕੇ ਕੀਤਾ ਨਾ ਗੁਰੂ ਸਾਹਿਬ ਨਾਲ ਪਿਆਰ ਕਰਦੇ ਹਾਂ ਤੇ ਆ ਗਲਤ ਗੱਲ ਹੈ ਆ ਠੀਕ ਨਹੀਂ ਤੇ ਉਹਦੇ ਬਾਅਦ ਚਲੋ ਦੀਵਾਨ ਬੰਦ ਹੋਏ ਸਾਰਾ ਕੁਝ ਛੱਡਤਾ ਸਟੇਜਾਂ ਛੱਡਤੀਆਂ ਪਰ ਆਪਣੀ ਗੱਲ ਛੱਡੀ ਜਿੱਥੇ ਖੜੇ ਖੜੇ ਨਹੀਂ ਮੈਂ ਕਹਿੰਦਾ ਭਾਵੇਂ ਕੱਖ ਨਾ ਰਵੇ ਮੈਂ ਇੱਥੇ ਤੱਕ ਵੀ ਉਦੋਂ ਕਿਹਾ ਸੀ ਦੀਵਾਨ ਲੱਗਣੇ ਬੰਦ ਹੋ ਜਾਣ ਕੋਈ ਪਰਵਾਹ ਨਹੀਂ ਇੱਥੇ ਵਾਲਾ ਦੀਵਾਨ ਬੰਦ ਹੋ ਜਾਵੇ ਕੋਈ ਪਰਵਾਹ ਨਹੀਂ ਪਰਮੇਸ਼ਰ ਦੁਆਰ ਨੂੰ ਤਾਲਾ ਲੱਗ ਜਾਵੇ ਤਾਂ ਵੀ ਕੋਈ ਪਰਵਾਹ ਨਹੀਂ ਪਰ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ ਇਹਦੇ ਤੇ ਸਟੈਂਡ ਰੱਖਣਾ ਤੇ ਰੱਖਣਾ ਗੁਰੂ ਸਾਹਿਬ ਦੇ ਅੱਠ-ਅੱਠ ਵਿਆਹ ਕਰਨੇ ਗੁਰੂ ਸਾਹਿਬ ਦੀ ਬਦਨਾਮੀ ਹੈ ਇਤਿਹਾਸ ਵਿੱਚ ਗਲਤ ਲਿਖਿਆ ਗੁਰੂ ਸਾਹਿਬ ਇਦਾਂ ਦੇ ਨਹੀਂ ਸਨ ਗੁਰੂ ਸਾਹਿਬ ਭੰਗਾ ਨਹੀਂ ਸੀ ਪੀਂਦੇ ਗੁਰੂ ਸਾਹਿਬ ਸ਼ਰਾਬ ਨਹੀਂ ਸੀ ਪੀਂਦੇ ਗੁਰੂ ਸਾਹਿਬ ਨਸ਼ੇ ਨਹੀਂ ਸੀ ਕਰਦੇ ਗੁਰੂ ਸਾਹਿਬ ਕਿਸੇ ਦੀ ਧੀ ਭੈਣ ਨੂੰ ਨਹੀਂ ਲਿਆ ਸਕਦੇ ਕੱਢ ਕੇ ਇਦਾਂ ਦੀਆਂ ਗੱਲਾਂ ਲਿਖੀਆਂ ਘਰੇ ਲਿਆ ਕੇ ਪੜ੍ਹੋ ਮੈਂ ਕਹਿੰਦਾ ਰਿਹਾ ਘਰੇ ਲਿਆ ਕੇ ਪੜ੍ਹੋ ਪਰ ਇਹਨਾਂ ਨੇ ਉਹ ਗੱਲਾਂ ਨਹੀਂ ਕੱਢੀਆਂ ਇਹ ਨਹੀਂ ਕਿਹਾ ਉਹ ਗ੍ਰੰਥ ਨਾ ਪੜ੍ਹੋ ਕਹਿੰਦੇ ਢੱਡਰੀਆਂ ਵਾਲੇ ਨੂੰ ਵੀ ਨਾ ਸੁਣੋ ਇਹਦਾ ਹੀ ਦੀਵਾਨ ਨਾ ਲਵਾਓ ਕਿਉਂਕਿ ਇਹ ਗੱਲਾਂ ਨਾ ਸੁਣਾਵੇ ਇਹ ਪੜ੍ਹ-ਪੜ੍ਹ ਕੇ ਸੁਣਾਉਂਦਾ ਹੈ ਤੇ ਤੁਸੀਂ ਪੁੱਛੋਗੇ ਵੀ ਉਹਨੂੰ ਰੱਖਣਾ ਕਿਉਂ ਚਾਹੁੰਦੇ ਨੇ ਗੁਰੂ ਸਾਹਿਬ ਦਾ ਤਾਂ ਵਿਰੋਧ ਲਿਖਿਆ ਉਹਦੇ ਵਿੱਚ ਰੱਖਣਾ ਕਿਉਂ ਚਾਹੁੰਦੇ ਨੇ ਕਿਉਂਕਿ ਗੁਰੂ ਸਾਹਿਬ ਦਾ ਭਾਵੇਂ ਵਿਰੋਧ ਲਿਖਿਆ ਪਰ ਜੇ ਉਹ ਨਾ ਰੱਖਿਆ ਫਿਰ ਗੋਲਕਾਂ ਨਹੀਂ ਰੱਖੀਆਂ ਜਾਣੀਆਂ ਮਸਲਾ ਗੋਲਕਾਂ ਦਾ ਗੁਰੂ ਸਾਹਿਬ ਦਾ ਵਿਰੋਧ ਵੀ ਉਹਦੇ ਵਿੱਚ ਹੀ ਹੈ ਪਰ ਜਿਹੜਾ ਧੰਦਾ ਚੱਲਦਾ ਧੰਦਾ ਵੀ ਉਸ ਉਹਨਾਂ ਗ੍ਰੰਥਾਂ ਕਰਕੇ ਚੱਲਦਾ ਜੇ ਉਹਨਾਂ ਦੀ ਕਥਾ ਬੰਦ ਹੋ ਗਈ ਧੰਦਾ ਨਹੀਂ ਚੱਲਣਾ ਪਰ ਵੀਰੋ ਆਪਾਂ ਆਪ ਖਤਮ ਹੋ ਜੇ ਭਾਵੇਂ ਜਿੱਥੇ ਖੜੀਏ ਉੱਥੇ ਖੜੀ ਦਾ ਹੁੰਦਾ ਜਿੱਥੇ ਤੁਰੀਏ ਉੱਥੇ ਤੁਰੀ ਦਾ ਹੁੰਦਾ ਤੇ ਮੈਂ ਕਹਿੰਦਾ ਹੁੰਦਾ ਸੀ ਮੈਂ ਇਕੱਲਾ ਰਹਿ ਜਾਂ ਭਾਵੇਂ ਇਕੱਲਾ ਹੀ ਹੋਵਾਂ ਮੈਨੂੰ ਤੇ ਦਸ ਵੀ ਨਾ ਰਹੇ ਤੇ ਤਾਂ ਵੀ ਕੋਈ ਗੱਲ ਨਹੀਂ ਜਿਹੜੀ ਗੱਲ ਕਹਿਣੀ ਹੈ ਕਹਿਣੀ ਹੈ ਜਿੱਥੇ ਖੜੇ ਹਾਂ ਖੜੇ ਗਲਤ ਹੈ ਤੇ ਗਲਤ ਹੈ ਗੁਰੂ ਸਾਹਿਬ ਬਾਰੇ ਗਲਤ ਬੋਲਿਆ ਗੁਰੂ ਸਾਹਿਬ ਬਾਰੇ ਸਹੀ ਨਹੀਂ ਲਿਖਿਆ ਇਹਦੇ ਵਿੱਚ ਸਾਡੇ ਵਾਸਤੇ ਗੁਰਬਾਣੀ ਸਭ ਤੋਂ ਉੱਪਰ ਹੈ ਗੁਰਬਾਣੀ ਦਾ ਪਿਆਰ ਕਰਦੇ ਹਾਂ ਸਤਿਕਾਰ ਕਰਦੇ ਹਾਂ ਤੇ ਜਿੱਥੇ ਖੜੀਏ ਤੇ ਖੜੇ ਰਹੀਦਾ ਹੁੰਦਾ ਹੈ ਆਪਣੇ ਆਪ ਨੂੰ ਕਾਇਮ ਰੱਖੀਦਾ ਹੁੰਦਾ ਤਕਲੀਫਾਂ ਕਿਹਦੇ ਤੇ ਨਹੀਂ ਆਉਂਦੀਆਂ ਹੁੰਦੀਆਂ ਦੁਨੀਆ ਗੱਲਾਂ ਕਰਦੀ ਬਥੇਰੀ ਕਰਦੀ ਬਥੇਰਾ ਕੁਛ ਬੋਲਣਾ ਲੋਕਾਂ ਨੇ ਕਿਸੇ ਨੇ ਕੁਛ ਕਹਿਣਾ ਕਿਸੇ ਨੇ ਕੁਛ ਕਹਿਣਾ ਪਰ ਆਪਣਾ ਮਾਰਗ ਥੋੜ੍ਹਾ ਛੱਡੀਦਾ ਹੁੰਦਾ ਤੁਹਾਨੂੰ ਆਪਣੇ ਆਪ ਨੂੰ ਸੰਤੁਸ਼ਟੀ ਰਹੇਗੀ ਆਪਣੇ ਆਪ ਵਿੱਚ ਚੰਗਾ ਲੱਗੇਗਾ ਵੀ ਨਹੀਂ ਮੈਂ ਜਿਹੜੀ ਗੱਲ ਕੀਤੀ ਹੈ ਬਸ ਮੈਂ ਜਿੱਥੇ ਜਿੱਥੇ ਮੈਂ ਖੜਾ ਮੈਂ ਖੜਾ ਪਰ ਜਦੋਂ ਅੱਛਾ ਪਿਆਰ 'ਚ ਖੜੇ ਹੋ ਦਿਖਾਵੇ ਲਈ ਨਹੀਂ ਖੜਨਾ ਲੋਕੀ ਕਹਿਣਗੇ ਪਿਆਰ ਵਿੱਚ ਖੜਨਾ ਅੰਦਰ ਗੁਰੂ ਸਾਹਿਬ ਦਾ ਪਿਆਰ ਹੋਣਾ ਚਾਹੀਦਾ ਫਿਰ ਖੜਾਂਗੇ ਫਿਰ ਮਾਫ਼ ਕਰਨਾ ਜੇ ਅਸੀਂ ਉਹਨਾਂ ਨਾਲ ਖੜੇ ਹਾਂ ਤਾਂ ਉਹ ਸਾਡੇ ਨਾਲ ਵੀ ਖੜੇ ਨੇ ਉਹ ਸਦਾ ਸਾਡੇ ਨਾਲ ਖੜੇ ਨੇ ਜੇ ਅਸੀਂ ਉਹਨਾਂ ਨਾਲ ਖੜੇ ਰਹਾਂਗੇ ਇਹ ਫੀਲ ਹੁੰਦਾ ਆਪਣੇ ਆਪ ਨੂੰ ਵੀ ਜੇ ਮੈਂ ਉੱਥੇ ਖੜਾਂ ਤਾਂ ਉਹ ਮੇਰੇ ਨਾਲ ਖੜਾ ਹੈ ਜੇ ਤੁਸੀਂ ਗੁਰਬਾਣੀ ਦੇ ਲੜ ਲੱਗੇ ਰਹੋਗੇ ਗੁਰਬਾਣੀ ਸਾਰਾ ਕੁਝ ਤੁਹਾਨੂੰ ਆਪੇ ਹੀ ਸਮਝਾਈ ਜਾਂਦੀ ਹੈ ਜਿਹੜਾ ਸ਼ਬਦ ਹੁਣ ਇੱਕ ਗੁਰਬਾਣੀ ਦੇ ਲੜ ਲੱਗਿਆ ਬੰਦਾ ਗੁਰਬਾਣੀ ਨਾਲ ਪਿਆਰ ਕਰਦਾ ਹੈ
ਉਹ ਬੰਦਾ ਸ਼ਬਦ ਜਦੋਂ ਇੱਕ ਵਾਰ ਪੜ੍ਹਦਾ ਉਹਨੂੰ ਸਮਝ ਆ ਜਾਂਦਾ, ਦੂਜੀ ਵਾਰੀ ਪੜ੍ਹਦਾ ਹੋਰ ਸਮਝ ਆ ਜਾਂਦਾ, ਤੀਜੀ ਵਾਰੀ ਪੜ੍ਹਦਾ ਹੋਰ ਸਮਝ ਆਉਂਦਾ। ਬਾਣੀ ਇੰਟਰਸਟਡ ਬੰਦਿਆਂ ਨੂੰ ਆਪਣੇ ਆਪ ਸਮਝ ਆਈ ਜਾਂਦੀ ਹੈ, ਹੋਰ ਸਮਝ ਆਉਂਦੀ ਹੈ। ਬਾਣੀ ਵੀ ਉਹਨਾਂ ਨਾਲ ਪਿਆਰ ਕਰਦੀ ਜਿਹੜੇ ਬਾਣੀ ਨਾਲ ਪਿਆਰ ਕਰਦੇ। ਪਰ ਖੜੋ ਤੇ ਸਹੀ ਨਾ ਕਿਤੇ, ਜਿੱਥੇ ਲੱਗੀ ਲੱਗੀ, ਜਿੱਥੇ ਖੜੇ ਖੜੇ, ਬਸ ਫਿਰ ਕੀ ਗੱਲ।